ਅੰਮ੍ਰਿਤਸਰ ਵਾਸੀਆਂ ਲਈ ਚੰਗੀ ਖਬਰ ਹੈ ਕਿ ਛਿਟਮੁਟ ਬਾਰਿਸ਼ ਜ਼ਰੂਰ ਹੋ ਰਹੀ ਹੈ, ਬਾਰਿਸ਼ ਦੇ ਨਾਲ ਮੌਸਮ ਜ਼ਰੂਰ ਖੁਸ਼ਗਵਾਰ ਹੋਇਆ ਹੈ, ਪਰ ਜਿਹੜੇ ਜਿਹਦੀ ਮਾਰ ਚੱਲ ਰਹੇ ਸੀਗੇ, ਧੂਏ ਦੀ ਮਾਰ ਚੱਲ ਰਹੇ ਸੀਗੇ, ਸਮੋਕ ਦੀ ਮਾਰ ਚੱਲ ਰਹੇ ਸੀਗੇ, ਉਸ ਤੋਂ ਫਲਕੀ ਜੀ ਇਹਦੀ ਆ ਨੁਕਸਾਨ ਜਿਹੜਾ ਹੋ ਰਿਹਾ ਸੀਗਾ ਉਹਦਾ ਤੋਂ ਬਚਾਅ ਹੋਣ ਦੇ ਆਸਾਰ ਨਜ਼ਰ ਆ ਰਹੇ ਹੈ। ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਕਿਨਮਿਨ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਰਣਜੀਤ ਐਵਨਿਊ ਦੇ ਇੱਕ ਅਸੀਂ ਖੜੇ ਹਾਂ, ਤੁਸੀਂ ਤਸਵੀਰਾਂ ਵਹੀਕਲਸ ਦੀਆਂ ਦੇਖ ਸਕਦੇ ਹੋ, ਕਾਰਾਂ ਜਿਹੜੀਆਂ ਨਿਕਲ ਰਹੀਆਂ ਨੇ ਇਸ ਵੇਲੇ ਬਾਰਿਸ਼ ਦੇ ਨਾਲ, ਉਹ ਆਪਣੇ ਵਾਈਪਰਸ ਚਲਾ ਕੇ ਕਾਰਾਂ ਨਿਕਲ ਰਹੀਆਂ ਨੇ। ਸੜਕਾਂ ਵੀ ਦੇਖੋ ਥੋੜੀਆਂ ਗਿੱਲੀਆਂ ਹੋ ਚੁੱਕੀਆਂ ਨੇ। ਜਿਹੜੀ ਅਨੁਮਾਨ ਲਗਾਇਆ ਜਾ ਰਿਹਾ ਸੀਗਾ ਕਿ ਬੀਤੇ ਕੱਲ ਯਾਨੀ ਕਿ 15 ਤਰੀਕ ਨੂੰ ਆਸ ਸੀਗੀ ਮੌਸਮ ਵਿਭਾਗ ਦੇ ਮੁਤਾਬਿਕ ਕਿ ਹਲਕੀ ਬਾਰਿਸ਼ ਹੋ ਸਕਦੀ ਹੈ, ਪਰ ਉਹ ਕੱਲ ਬਾਰਿਸ਼ ਨਹੀਂ ਹੋ ਪਾਈ। ਪਰ ਅੱਜ ਇਸ ਬਾਰਿਸ਼ ਦੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਮੌਸਮ ਇਹਦੇ ਨਾਲ ਖੁਸ਼ਗਵਾਰ ਹੋ ਗਿਆ ਹੈ। ਅਸੀਂ ਅੰਮ੍ਰਿਤਸਰ ਵਾਸੀ ਕੋਈ ਪਿਛਲੇ ਦੀਵਾਲੀ ਤੋਂ ਬਾਅਦ ਹੀ ਮੌਸਮ ਦੇ ਮਾਰ ਤੋਂ 2-4 ਹੋ ਰਹੇ ਸਨ, ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਸੀਗੀਆਂ ਕਿਉਂਕਿ ਧੂਏ ਦੀ ਚਾਦਰ ਜਿਹੜੀ ਹੈ ਉਸਨੇ ਅੰਮ੍ਰਿਤਸਰ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਸੀਗਾ। ਬਿਮਾਰੀਆਂ ਜ਼ਰੂਰ ਵੱਧਦੀਆਂ ਜਾ ਰਹੀਆਂ ਸਨ, ਅੱਖਾਂ 'ਤੇ ਜਲਨ ਹੋ ਰਹੀ ਸੀਗੀ ਔਰ ਸਫ਼ਰ ਕਰਨਾ ਮੁਸ਼ਕਲ ਹੋ ਰਿਹਾ ਸੀਗਾ, ਜਿਹਦਾ ਸਾਫ਼ ਅਸਰ ਲਗਾਤਾਰ ਅਸੀਂ ਤੁਹਾਨੂੰ ਦੱਸਦੇ ਆ ਰਹੇ ਹਾਂ। ਹੁਣ ਇਸ ਵੇਲੇ ਥੋੜ੍ਹੀ ਜਿਹੀ ਬਾਰਿਸ਼ ਜ਼ਰੂਰ ਹੋਈ ਆ, ਮੌਸਮ ਬਾਰਿਸ਼ ਦੇ ਨਾਲ ਥੋੜ੍ਹਾ ਖੁਸ਼ਗਵਾਰ ਹੋਇਆ ਹੈ ਔਰ ਜਿਹੜੀ ਪੋਲਿਊਸ਼ਨ ਦੀ ਮਾਰ ਸਹਿ ਰਿਹਾ ਸੀ ਅੰਮ੍ਰਿਤਸਰ, ਉਸਨੂੰ ਥੋੜ੍ਹੀ ਜਿਹੀ ਨਿਜਾਤ ਵੀ ਮਿਲੇਗੀ। ਪਵਨ ਜੀ, ਬਾਰਿਸ਼ ਹੋ ਰਹੀ ਹੈ ਅੱਜ, ਥੋੜ੍ਹਾ ਜਿਹਾ ਖੁਸ਼ਗਵਾਰ ਮੌਸਮ ਹੋਇਆ ਕਿਉਂਕਿ ਅਸੀਂ ਮੌਸਮ ਦੀ ਮਾਰ ਬੜੇ ਦਿਨਾਂ ਤੋਂ ਚੱਲਦੇ ਆ ਰਹੇ ਹਾਂ। ਕੋਈ ਪੋਲਿਊਸ਼ਨ ਵੀ, ਸਮੋਗ ਵੀ ਹੈ, ਉਸ ਤੋਂ ਬਾਅਦ ਥੋੜ੍ਹਾ ਥੋੜ੍ਹਾ ਧੁੰਦ ਦਾ ਵੀ ਅਸਰ ਹੋ ਗਿਆ, ਪਰ ਬਾਰਿਸ਼ ਦੇ ਨਾਲ ਥੋੜ੍ਹਾ ਜਿਹਾ ਹੁਣ ਮੌਸਮ ਥੋੜ੍ਹਾ ਸਾਫ਼ ਹੋਏਗਾ ਔਰ ਅਸੀਂ ਠੰਡ ਵੱਲ ਨੂੰ ਥੋੜ੍ਹਾ ਜਿਹਾ ਪੈਰ ਰੱਖਾਂਗੇ। ਦੇਖੋ, ਪੋਲਿਊਸ਼ਨ ਬੋਰਡ ਔਰ ਇਨਵਾਇਰਮੈਂਟਲ ਇੰਜੀਨੀਅਰਸ ਦਾ ਵੀ ਇਹੀ ਕਹਿਣਾ ਸੀਗਾ ਕਿ ਜਿਉਂ ਤੋਂ ਹੀ ਪੰਜਾਬ ਦੇ ਵਿੱਚ ਔਰ ਸਪੈਸ਼ਲੀ ਅੰਮ੍ਰਿਤਸਰ ਦੇ ਵਿੱਚ ਬਾਰਿਸ਼ ਹੋਊਗੀ ਤਾਂ ਉਦੋਂ ਹੀ ਪੋਲਿਊਸ਼ਨ ਦੇ ਵਿੱਚ ਘਾਟਾ ਹੋਣਾ, ਜਿਹੜੇ ਪਾਰਟਿਕੂਲੇਟ ਮੈਟਰਸ ਹਵਾ ਦੇ ਵਿੱਚ ਜ਼ਿਆਦਾ ਫੈਲ ਗਏ ਆ, ਜਿਹੜਾ ਬਾਇਓਲੋਜੀਕਲ ਫਿਜ਼ੀਕਲ ਕੈਮੀਕਲ ਚੇਂਜਸ ਹਵਾ ਦੇ ਵਿੱਚ ਆ ਗਏ ਆ, ਉਹਨਾਂ ਦੇ ਵਿੱਚ ਤਬਦੀਲੀ ਹੋਣ ਕਰਕੇ ਪੋਲਿਊਸ਼ਨ ਬਹੁਤ ਜ਼ਿਆਦਾ ਸੀ। ਏਅਰ ਕੁਆਲਿਟੀ ਇੰਡੈਕਸ ਅੱਜ ਸਵੇਰ ਵੇਲੇ ਵੀ 250 ਦੇ ਪਾਰ ਸੀ। ਸੋ ਅਲਟੀਮੇਟਲੀ ਇਸੇ ਬਾਰਿਸ਼ ਦੀ ਵੇਟ ਸੀਗੀ। ਇਹ ਬਾਰਿਸ਼ ਜੇਕਰ ਨਾ ਹੁੰਦੀ ਤਾਂ ਲੋਕਾਂ ਨੂੰ ਜ਼ਿਆਦਾ ਗਲੇ ਦੀਆਂ ਦਿੱਕਤਾਂ, ਹੋਰ ਸਾਰੀਆਂ ਜਿੰਨੀਆਂ ਪਰੇਸ਼ਾਨੀਆਂ ਆ ਰਹੀਆਂ, ਲੋਕ ਬਾਹਰ ਨਿਕਲਦੇ ਸੀ ਤੇ ਉਹਨਾਂ ਦੀ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਸੀ, ਆਈ ਇਰੀਟੇਸ਼ਨ ਹੁੰਦੀ ਸੀ, ਬਜ਼ੁਰਗ, ਨੌਜਵਾਨ, ਬੱਚੇ ਓਪੀਡੀਸ ਵੱਲ ਜ਼ਿਆਦਾ ਜਾ ਰਹੇ ਸੀ, ਹਸਪਤਾਲਾਂ ਦਾ ਰੁੱਖ ਕਰ ਰਹੇ ਸੀ। ਹੁਣ ਬਾਰਿਸ਼ ਹੋ ਰਹੀ ਆ ਤੇ ਜ਼ਿਆਦਾ ਬਾਰਿਸ਼ ਹੋਊਗੀ ਤੇ ਉਹਨਾਂ ਹੀ ਪੋਲਿਊਸ਼ਨ ਦੇ ਵਿੱਚ ਘੱਟ ਆਊਗਾ, ਸਕਾਈ ਕਲੀਅਰ ਹੋ ਜਾਊਗਾ, ਵੈਦਰ ਸਾਫ਼ ਸੁਥਰਾ ਹੋ ਜਾਊਗਾ, ਉਹਦੇ ਨਾਲ ਲੋਕਾਂ ਨੂੰ ਰਿਲੀਫ ਮਿਲੂਗਾ ਔਰ ਸਰਦੀ ਦੀ ਆਹਟ ਸਾਨੂੰ ਇਸੇ ਕਰਕੇ ਨਜ਼ਰ ਆ ਰਹੀ ਹੈ। ਕੁਝ ਇੱਕ ਇਲਾਕਿਆਂ ਦੇ ਵਿੱਚ, ਉੱਚੇ ਇਲਾਕਿਆਂ 'ਚ, ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਵੀ ਹੋਈ ਆ, ਉਹਦੇ ਨਾਲ ਫਿਰ ਜਿਹੜਾ ਇੱਕ ਟੈਂਪੋਰਲ ਚੇਂਜਸ ਆਉਂਦੇ ਆ, ਜਿਹਨੂੰ ਤਿੱਬਤ ਦੇ ਵਿੱਚ ਰੂਫ ਬੈਲਟ ਆਫ ਦ ਵਰਲਡ ਕਿਹਾ ਜਾਂਦਾ, ਰੂਫ ਆਫ ਦੀ ਵਰਲਡ ਕਿਹਾ ਜਾਂਦਾ, ਉਹ ਬੈਲਟ ਦੇ ਵਿੱਚ ਠੰਡਕ ਹੋਣ ਦੇ ਨਾਲ ਨੌਰਦਰਨ ਰੀਜਨਸ ਦੇ ਵਿੱਚ ਵੀ ਠੰਡ ਹੁੰਦੀ ਆ। ਸੋ ਇੱਧਰ ਨਾਲੇ ਤਾਂ ਸਰਦੀ ਦੀ ਆਹਟ ਹੋ ਗਈ ਆ, ਲੋਕਾਂ ਨੇ ਕਿਸੇ ਨੇ ਖੇਸ ਲਿਆ, ਕਿਸੇ ਨੇ ਕੰਬਲ ਲਿਆ, ਕਿਸੇ ਨੇ ਸਵੈਟਰ ਪਾਇਆ। ਸੋ ਇਹ ਸਾਰੀਆਂ ਗੱਲਾਂ ਇੱਦਾਂ ਦੇ ਨਿਸ਼ਾਨਦੇਹੀ ਕਰ ਰਹੀਆਂ ਕਿ ਹੁਣ ਸਰਦੀ ਆ ਰਹੀ ਆ ਔਰ ਨਾਲੇ ਥੋੜ੍ਹੀ ਥੋੜ੍ਹੀ ਬਾਰਿਸ਼ ਪੋਲਿਊਸ਼ਨ ਦੇ ਵਿੱਚ ਘਾਟ ਕਰੂਗੀ, ਲੋਕਾਂ ਨੂੰ ਰਿਲੀਫ ਮਿਲੂਗਾ ਔਰ ਜਿਹੜੀ ਧੁੰਦ ਦੀ ਚਾਦਰ, ਸਮੋਗ ਦੀ ਚਾਦਰ ਹਰ ਪਾਸੇ ਸਾਨੂੰ ਨਜ਼ਰ ਆ ਰਹੀ ਆ, ਉਹਦੇ ਵਿੱਚ ਵੀ ਸਾਨੂੰ ਰੁਕਾਵਟ ਮਿਲੂਗੀ। ਠੀਕ ਹੈ, ਸਮੋਗ ਘੱਟ ਜਾਊਗੀ, ਫੋਗ ਜ਼ਰੂਰ ਵਧੂਗੀ, ਜਿਹੜਾ ਨੈਚੁਰਲ ਟੈਂਡੈਂਸੀ ਹੈ ਵੈਦਰ ਦੀ, ਸਰਦੀਆਂ ਵਿੱਚ ਧੁੰਦ ਪੈਣੀ ਹੁੰਦੀ ਆ, ਪਰ ਇਹ ਧੁੰਦ ਨਹੀਂ ਸੀ, ਸਮੋਗ ਸੀ, ਸਮੋਗ ਘੱਟ ਜਾਊਗੀ ਤੇ ਫਿਰ ਜਦੋਂ ਟੈਂਪਰੇਚਰ ਬੈਲੈਂਸ ਹੋ ਜਾਊਗਾ, ਐਟਮੋਸਫੇਅਰ ਕਲੀਅਰ ਹੋ ਜਾਊਗਾ ਤੇ ਫਿਰ ਨੈਚੁਰਲ ਜਿਹੜੀ ਫੋਗ ਸਰਦੀਆਂ ਦੇ ਵਿੱਚ ਧੁੰਦ ਦੇ ਰੂਪ ਦੇ ਵਿੱਚ ਆਉਂਦੀ ਆ ਉਹ ਮਿਲੂਗੀ। ਉਹਦੇ ਨਾਲ ਕੁਝ ਲੋਕ ਜਿਹੜੇ ਸਰਦੀਆਂ ਨੂੰ ਬਹੁਤ ਪਸੰਦ ਕਰਦੇ ਆ, ਪੋਲਿਊਸ਼ਨ ਫਰੀ ਇਨਵਾਇਰਮੈਂਟ ਬਣ ਜਾਊਗਾ, ਪੇੜ ਪੌਦਿਆਂ ਵਾਸਤੇ
ਜਾਨਵਰਾਂ ਵਾਸਤੇ ਔਰ ਆਮ ਜਨਜੀਵਨ ਵਾਸਤੇ, ਇਨਸਾਨੀਅਤ ਵਾਸਤੇ ਇਹ ਬਾਰਿਸ਼ ਪਹਿਲਾ ਬੂੰਦ ਦਾ ਕਤਰਾ ਉਸ ਤਰੀਕੇ ਦੇ ਵਰਗਾ ਜਿਵੇਂ ਸ਼ਾਇਦ ਸ਼ਿਫਾ ਦਿੰਦਾ ਆ, ਉਸੇ ਤਰੀਕੇ ਨਾਲ ਇਹ ਬਾਰਿਸ਼ ਜਿਹੜੀ ਆ ਲੋਕਾਂ ਨੂੰ ਰੋਗਾਂ ਦੇ ਉੱਤੋਂ ਸ਼ਿਫਾ ਦਊਗੀ। ਲੋਕਾਂ ਦੀ ਸਿਹਤ ਨੂੰ ਠੀਕ ਕਰਨ ਵਾਸਤੇ ਇਹ ਬਾਰਿਸ਼ ਬਹੁਤ ਜ਼ਰੂਰੀ ਸੀ। ਪ੍ਰਦੂਸ਼ਣ ਦੀ ਮਾਰ ਚੱਲ ਰਿਹਾ ਅੰਮ੍ਰਿਤਸਰ ਦੇ ਲਈ, ਹੁਣ ਅੱਜ ਇੱਕ ਰਾਹਤ ਦੀ ਖਬਰ ਹੈ ਕਿ ਹਲਕੀ ਹਲਕੀ ਬਾਰਿਸ਼ ਸ਼ੁਰੂ ਹੋ ਚੁੱਕੀ ਹੈ। ਇਹਦੇ ਨਾਲ ਹਲਕੀ ਬਾਰਿਸ਼ ਹੋਣ ਦੇ ਨਾਲ ਥੋੜ੍ਹਾ ਜਿਹਾ ਜਿਹੜਾ ਪ੍ਰਦੂਸ਼ਣ ਦਾ ਅਸੀਂ ਮਾਰ ਚੱਲ ਰਹੇ ਸੀ, ਦੀਵਾਲੀ ਤੋਂ ਬਾਅਦ ਦਾ ਮੌਸਮ ਜਿਸ ਤਰ੍ਹਾਂ ਅਸੀਂ ਦੇਖਦੇ ਆ ਰਹੇ ਸੀਗੇ, ਸਮੋਗ ਦੀ ਇੱਕ ਚਾਦਰ ਨੇ ਪੂਰੇ ਅੰਮ੍ਰਿਤਸਰ ਨੂੰ ਆਪਣੀ ਗ੍ਰਿਫਤ 'ਚ ਲੈ ਰਿਹਾ ਸੀਗਾ। ਵਾਹਨ ਵੀ ਚਲਾਉਣੇ ਬੜੇ ਮੁਸ਼ਕਲ ਹੋ ਗਏ ਸੀ, ਲਾਈਵ ਵਿਜੀਬਿਲਟੀ ਜਿਹੜੀ ਹੈ ਜ਼ੀਰੋ ਦੇ ਬਰਾਬਰ ਹੋ ਗਈ ਸੀਗੀ। ਲੋਕ ਜਿਹੜੇ ਘਰੋਂ ਨਿਕਲਦੇ ਸੀ ਮਜਬੂਰਨ, ਉਹਨਾਂ ਨੂੰ ਵੀ ਆਪਣੀ ਗੱਡੀ ਚਲਾਉਣਾ ਕਾਫੀ ਦਿੱਕਤ ਆਉਣ ਦੀ ਸਾਹਮਣਾ ਕਰਨਾ ਪੈ ਰਿਹਾ ਸੀਗਾ, ਕਿਉਂਕਿ ਫੋਗ ਇਤਨੀ ਸਮੋਗ ਇੰਨੀ ਸੀਗੀ ਕਿ ਵਿਜੀਬਿਲਟੀ ਜ਼ੀਰੋ ਹੋਣਾ ਇੱਕ ਲੋਕਾਂ ਨੂੰ ਦੱਸਦਾ ਸੀਗਾ। ਲੋਕ ਉਸ ਨਾਲ ਬਿਮਾਰ ਵੀ ਹੋ ਰਹੇ ਸਨ, ਪਰ ਜਿਹੜੀ ਅੱਜ ਅਨੁਮਾਨਿਤ ਬਾਰਿਸ਼ ਹੋ ਗਈ ਹੈ ਕਿ ਉਸਦੇ ਨਾਲ ਥੋੜ੍ਹਾ ਜਿਹਾ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਮੌਸਮ ਦੇ ਨਾਲ ਨਾਲ ਹੁਣ ਜਿਹੜੀ ਹੈ ਅਸੀਂ ਪ੍ਰਦੂਸ਼ਣ ਦੀ ਮਾਰ ਚੱਲ ਰਹੇ ਸੀ ਉਹ ਤੋਂ ਸਾਨੂੰ ਕੁਝ ਨਿਜਾਤ ਮਿਲੇਗੀ, ਕਿਉਂਕਿ ਇੱਕ ਚਾਦਰ ਜਿਹੜੀ ਸੀਗੀ ਉਹ ਸਾਰੇ ਅੰਮ੍ਰਿਤਸਰ ਦੇ ਕੀ ਪੂਰੇ ਪੰਜਾਬ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਸੀਗਾ। ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਦੀ ਬਹੁਤ ਜ਼ਿਆਦਾ ਮਾਰ ਸੀਗੀ, ਸਮੋਗ ਦੀ ਬਹੁਤ ਜ਼ਿਆਦਾ ਮਾਰ ਸੀਗੀ, ਜਿਹਦੀ ਜਿਹੜੇ ਲੋਕ ਸੀਗੇ ਉਹ ਸਹਿਤਾ ਝੱਲ ਰਹੇ ਸਨ। ਸੋ ਅੱਜ ਦੀ ਬਾਰਿਸ਼ ਦੇ ਨਾਲ ਇਹ ਥੋੜ੍ਹਾ ਜਿਹਾ ਉਸ ਤੋਂ ਨਿਜਾਤ ਮਿਲੇਗੀ, ਪ੍ਰਦੂਸ਼ਣ ਤੋਂ ਨਿਜਾਤ ਮਿਲੇਗੀ, ਮੌਸਮ ਸਾਫ਼ ਹੋਣ ਦੀ ਆਸਾਰ ਨੇ। ਔਰ ਮਾਹਿਰਾਂ ਦੇ ਮੁਤਾਬਿਕ ਇਹ ਬਾਰਿਸ਼ ਦੇ ਨਾਲ ਜਿਹੜੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ, ਜਿਸ ਤਰ੍ਹਾਂ ਸਾਨੂੰ ਇਰੀਟੇਸ਼ਨ, ਅੱਖਾਂ ਦੀ ਇਰੀਟੇਸ਼ਨ ਹੁੰਦੀ ਹੈ, ਖਾਂਸੀ ਆਉਂਦੀ ਹੈ ਔਰ ਛਾਤੀ ਜਾਮ ਹੈ, ਉਸ ਤੋਂ ਥੋੜ੍ਹੀ ਜਿਹੀ ਨਿਜਾਤ ਮਿਲੇਗੀ ਔਰ ਲੋਕ ਥੋੜ੍ਹਾ ਸਾਹ ਲੈਣਾ ਉਹਨਾਂ ਲਈ ਹੁਣ ਖੁਸ਼ਗਵਾਰ ਹੋ ਜਾਏਗਾ। ਸੋ ਅੱਜ ਦੀ ਜਿਹੜੀ ਆ ਬਾਰਿਸ਼ ਹੈ ਇਹ ਇੱਕ ਵਰਦਾਨ ਕਿਹਾ ਜਾ ਸਕਦਾ ਹੈ ਕਿ ਮੌਸਮ ਦੀ ਜਿਹੜੀ ਮਾਰ ਚੱਲ ਰਹੇ ਸੀਗੇ, ਅਸੀਂ ਪੋਲਿਊਸ਼ਨ ਦੀ ਮਾਰ ਚੱਲ ਰਹੇ ਸੀਗੇ, ਉਹਨਾਂ ਦੇ ਲਈ ਥੋੜ੍ਹਾ ਵਰਦਾਨ ਹੈ ਕਿ ਬਾਰਿਸ਼ ਦੇ ਨਾਲ ਹੁਣ ਜਿਹੜਾ ਮੌਸਮ ਸਾਫ਼ ਹੋਏਗਾ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਇੱਕ ਚਾਦਰ ਜੀ ਸੀ ਪੋਲਿਊਸ਼ਨ ਦੀ, ਉਹ ਇੱਥੋਂ ਥੋੜ੍ਹੀ ਜਿਹੀ ਹਟੇਗੀ। ਸੋ ਮੌਸਮ ਵਿਭਾਗ ਮੁਤਾਬਿਕ ਕੱਲ੍ਹ ਯਾਨੀ ਕਿ ਬੀਤੇ ਕੱਲ੍ਹ 15 ਤਰੀਕ ਨੂੰ ਪ੍ਰਡਿਕਸ਼ਨ ਕੀਤੀ ਗਈ ਸੀਗੀ ਕਿ ਬਾਰਿਸ਼ ਹੋਏਗੀ ਅਤੇ ਮੌਸਮ ਦੇ ਵਿੱਚ ਕੁਝ ਤਬਦੀਲੀ ਆ ਜਾਏਗੀ। ਉਸਦੇ ਉਸੇ ਤਰ੍ਹਾਂ ਹੀ 15 ਨੂੰ ਤਾਂ ਨਹੀਂ ਹੋ ਸਕੀ ਬਾਰਿਸ਼, 16 ਨੂੰ ਅੱਜ ਬਾਰਿਸ਼ ਹੋ ਗਈ ਹੈ ਔਰ ਇਸ ਦੇ ਨਾਲ ਸਾਨੂੰ ਸਮੋਗ ਦੀ ਚਾਦਰ ਤੋਂ ਥੋੜ੍ਹੀ ਨਿਜਾਤ ਮਿਲੇਗੀ। ਠੀਕ ਹੈ, ਧੁੰਦ ਦਾ ਅਸਰ ਜ਼ਰੂਰ ਸਾਨੂੰ ਵੇਖਣ ਨੂੰ ਮਿਲੇਗਾ, ਕਿਉਂਕਿ ਹੁਣ ਜਿਸ ਤਰ੍ਹਾਂ ਸਰਦੀਆਂ ਦਾ ਮੌਸਮ ਹੈ, ਧੁੰਦ ਸਾਨੂੰ 2-4 ਹੋਣਾ ਪਏਗਾ, ਧੁੰਦ ਦੇ ਨਾਲ ਥੋੜ੍ਹੀ ਜਿਹੀ ਪਰੇਸ਼ਾਨੀ ਜ਼ਰੂਰ ਹੋਏਗੀ, ਮਗਰ ਉਹ ਸਵੇਰੇ ਹੀ ਹੋਏਗੀ ਔਰ ਸ਼ਾਮ ਦੇ ਸਮੇਂ ਹੋਏਗੀ, ਪਰ ਜਿਹੜੀ ਬਿਮਾਰੀਆਂ ਤੋਂ ਅਸੀਂ ਗ੍ਰਸਤ ਹੋ ਰਹੇ ਸੀਗੇ ਉਹਨਾਂ ਤੋਂ ਸਾਨੂੰ ਆਜ਼ਾਦ ਹੋਣਾ ਪਏਗਾ। ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ।